ਸਕੂਲ ਹੈ। ਕੱਲ੍ਹ ਜਿਹੜਾ ਇੱਕ ਜਿਹੜਾ ਤੂਫਾਨ ਜਿਹਾ ਚੱਲਿਆ, ਕੱਲ੍ਹ ਬਾਜ਼ਾਰ ਦੇ ਸ਼ਹਿਰ ਦੇ ਵਿੱਚ ਕੱਲ੍ਹ ਅੰਧੇਰਾ ਜਿਹਾ ਛਾਇਆ ਰਿਹਾ, ਉਸ ਦੀ ਵਜ੍ਹਾ ਨਾਲ ਜਿਹੜੇ ਕੱਲ੍ਹ ਰਾਤੀ ਤੂਫਾਨ ਆਇਆ ਉਹਦੇ ਕਾਰਨ ਇੰਨਾ ਕੁ ਜਾਨੀ ਨੁਕਸਾਨ ਹੋਇਆ ਕਿ ਇੰਨਾ ਕੁ ਦੇਖੋ ਟਾਵਰ ਸ਼ਹਿਰ ਦੇ ਵਿੱਚ ਆ ਕੇ ਇੱਕ ਟਾਵਰ ਕਿੱਥੇ ਗਿਰਿਆ ਆ, ਇਹ ਪੂਰਾ ਦੇਖੋ ਇੱਧਰ ਭਾਜੀ ਮੇਰਾ ਧਿਆਨ ਦੇਖੋ, ਦੇਖੋ ਪੂਰਾ ਸੀਮਾਂ ਹੀ ਉੱਖੜ ਗਿਆ। ਔਰ ਇੱਕ ਆਪਣਾ ਇੱਧਰ ਮੈਂ ਗਿਆ ਸ਼ਾਹਪੁਰ ਚੌਂਕ 'ਚ, ਉੱਧਰ ਵੀ ਰਸਤਾ ਬਲੋਕ ਆ, ਇੱਕ ਬਸੰਤ ਹੋਟਲ ਹੈਗਾ ਉੱਥੇ ਦੇਖੋ ਕਿੰਨੀਆਂ ਗੱਡੀਆਂ ਮੀਨ ਦੱਬ ਗਈਆਂ ਨੀਚੇ ਆ ਕੇ। ਔਰ ਇੱਧਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਣਾ ਡੀ ਏ ਵੀ ਸਕੂਲ ਵੱਲ, ਮੀਨ ਸਾਰੇ ਸ਼ਹਿਰ ਦਾ ਇੰਨਾ ਕੀ ਮਾੜੀ ਹਾਲਾਤ ਹੈ। ਇਹ ਤਾਂ ਹਾਲੇ ਸਵੇਰ ਹੈ, ਅਸੀਂ ਹਾਲੇ ਸਵੇਰ ਘਰੋਂ ਨਿਕਲੇ ਹਾਂ, ਹਾਲੇ ਬਾਜ਼ਾਰ 'ਚ ਅਸੀਂ ਜਾਵਾਂਗੇ, ਰੌਂਡੀ ਕਰਾਂਗੇ, ਦੇਖਾਂਗੇ ਕੀ ਹਾਲ ਆ। ਮੀਨ ਸ਼ਹਿਰ 'ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਇਹ ਸਾਨੂੰ ਸਮਝ ਲੱਗੀ ਜੀ ਸਾਡੇ ਸ਼ਹਿਰ ਵਾਸੀਆਂ ਦਾ। ਬਹੁਤ ਹੀ ਵੱਡਾ ਜਿਹੜਾ ਕਹਿੰਦੇ ਨਾ ਤਿਉਹਾਰ ਆ ਈਦ ਦਾ, ਔਰ ਪ੍ਰਸ਼ਾਸਨ ਦਾ ਕੋਈ ਬੰਦਾ ਵੀ ਨਹੀਂ ਬਾਜ਼ਾਰ ਦੇ ਵਿੱਚ ਆਇਆ ਹੈਗਾ ਇਸ ਟਾਈਮ। ਦੇਖੋ ਸਾਰੇ ਰੋਡ ਬਲੋਕ ਹੈ, ਸਾਰੇ ਹੀ ਰੋਡ ਬਲੋਕ ਹੈ, ਅਤੇ ਇੰਨਾ ਕੁ ਮੈਨੂੰ ਨੁਕਸਾਨ ਹੋਇਆ ਸ਼ਹਿਰ ਦਾ, ਅਤੇ ਕੋਈ ਹਾਲੇ ਪ੍ਰਸ਼ਾਸਨ ਦਾ ਬੰਦਾ ਨਹੀਂ ਬੁੱਝਿਆ। ਮੀਨ ਆਮ ਪਬਲਿਕ ਸਾਰੀ ਬਾਹਰ ਆ ਚੁੱਕੀ ਹੈ, ਜਿਹਨੂੰ ਜਿਹਨੂੰ ਪਤਾ ਲੱਗਿਆ ਸਾਰੇ ਬਾਹਰ ਆ ਗਿਆ। ਔਰ ਦੇਖੋ ਮੈਂ ਕਹਿੰਦਾ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਨਾ ਜਲਦੀ ਜਲਦੀ ਆਪਣੇ ਘਰ ਆਏ। ਅਭੀ ਅਭੀ ਤੋਂ ਕਾਂਗੜਾ ਜ਼ਿਲ੍ਹੇ ਸੇ ਆ ਰਹਾ ਹੂੰ, ਕਿ ਟਰੈਕ ਪੇ ਪੇਟ ਗਿਰ ਗਏ ਟੂਟ ਕੇ, ਆਂਧੀ ਆਨੇ ਸੇ ਬਾਰਿਸ਼ ਹੋਣੇ ਸੇ ਟਰੈਕ ਪੇ ਪੇਟ ਟੂਟ ਕੇ ਗਿਰ ਗਏ, ਬਾਰਿਸ਼ ਕਾ ਸਾਹਮਣਾ ਥਾ, ਕਹੀਂ ਜਾਣੇ ਕੇ ਲੀਏ ਰਾਸਤਾ ਹੀ ਨਹੀਂ ਹੈ। ਪਠਾਨਕੋਟ ਮੇਂ ਆਜ ਰਾਤ ਬਹੁਤ ਭਯੰਕਰ ਤੂਫਾਨ ਆਨੇ ਸੇ ਜ਼ਿਆਦਾ ਜਾਤ ਜੋ ਵੀ ਲਿੰਕ ਰੋਡ ਹੈ ਹਮਾਰਾ ਸਾਰਾ ਸਿਟੀ ਕਾ ਬੰਦ ਹੋ ਚੁੱਕਾ ਹੈ, ਔਰ ਸ਼ਹਿਰ ਮੇਂ ਰੈਸਟੋਰੈਂਟ ਹੋਗਾ ਔਰ ਲੋਗੋ ਕੀ ਗਾੜੀਓ ਕਾ ਬਹੁਤ ਭਾਰੀ ਨੁਕਸਾਨ ਹੁਆ ਹੈ। ਆਜ ਗਾਂਧੀ ਚੌਂਕ ਮੇਂ ਸਿਟੀ ਮੇਂ ਇੱਕ ਟਾਵਰ ਗਿਰਨੇ ਸੇ ਸਾਰਾ ਜ਼ਿਆਦਾ ਜ਼ਿਆਦਾ ਬੰਦ ਹੈ, ਔਰ ਆਜ ਦਿਨ ਭਰ ਸ਼ਾਇਦ ਬੱਤੀ ਗੁੱਲ ਰਹੇਗੀ। ਜੇ ਵੀ ਹਮਾਰੇ ਪ੍ਰਸ਼ਾਸਨ ਕੋ ਦੇਖਣਾ ਚਾਹੀਏ ਕਿ ਆਜ ਕੈਸੇ ਕਰਨਾ ਹੈ, ਕੈਸੇ ਹੋਗਾ। ਹਮਾਰੀ ਲਾਈਫ ਮੇਂ ਜ਼ਿੰਦਗੀ ਮੇਂ ਪਹਿਲੀ ਵਾਰ ਇਤਨਾ ਭਯੰਕਰ ਤੂਫਾਨ ਆਇਆ ਹੈ ਕਿ ਇਸਨੇ ਕਰੋੜੋਂ ਕਾ ਨੁਕਸਾਨ ਔਰ ਲੋਗੋ ਕੀ ਮਾਲੋ ਜਾਨੋ ਮਾਲ ਕਾ ਨੁਕਸਾਨ, ਬਹੁਤ ਹੀ ਭਯੰਕਰ ਤੂਫਾਨ ਦੇਖਣੇ ਕੋ ਮਿਲਾ ਹੈ।